ਦੂਜੇ ਤੇ ਅਟੈਕ ਕਰ ਦਿੱਤਾ ਗਾਲੀ ਗਲੋਚ ਵੀ ਕੀਤੀ ਗੁਰੂ ਘਰ ਦੀ ਮਰਿਆਦਾ ਦਾ ਵੀ ਖਿਆਲ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਸਤਿ ਸ੍ਰੀ ਅਕਾਲ ਅਸਲਮੁਅਲੈਕੁਮ ਨਮਸਤੇ ਸਲਾਮ ਜੈ ਸ਼੍ਰੀ ਕ੍ਰਿਸ਼ਨਾ ਰਾਧੇ ਰਾਧੇ ਸਹਾਂਜੀ ਥੋੜੀ ਜਿਹੀ ਵੀਡੀਓ ਸਟਿਚ ਕੀਤੀ ਹੈ ਜਸਟ ਹੁਣੇ ਮੇ ਟਿਕਟੌਕ ਤੇ ਦੇਖੀ ਕਿ ਆਈ ਡੋਨਟ ਨੋ ਕਿ ਕਿਹੜੇ ਗੁਰਦੁਆਰ ਦੇ ਵੀਡੀਓ ਆ ਕੀ ਆਪਸ ਚ ਜਿਹੜੇ ਗੁਰਦੁਆਰ ਦੇ ਪ੍ਰਬੰਧਕ ਕਮੇਟੀ ਮੈਂਬਰ ਸੀ ਉਹਨਾਂ ਦੀ ਲੜਾਈ ਹੋ ਗਈ ਕਿਸੇ ਗੱਲ ਨੂੰ ਲੈ ਕੇ ਗੁਰੂ ਘਰ ਦੇ ਵਿੱਚ ਤੇ ਜਿਹੜੇ ਸਸ਼ਤਰ ਪਏ ਸੀ ਜਿਨੂੰ ਆਪਾਂ ਕਰਪਾਨ ਕਹਿੰਨੇ ਆ ਕਰਪਾਨਾਂ ਚੱਕ ਲੀਆਂ ਸਿਰ ਤੋਂ ਪੱਗਾਂ ਉਤਰੀ ਹੋਈਆਂ ਝਟ ਖਿਲਰੇ ਹੋਏ ਆ ਖਾਲਸਾ ਚਾਹੀਦਾ ਇਹਨਾਂ ਨੂੰ ਖਾਲिस्तान ਜਿਹਦੇ ਵਿੱਚ ਕੱਲ ਇੱਕ ਸਰਦਾਰ ਨੇ ਮੈਸ ਵੀਡੀਓ ਸਟ੍ਰਿਚ ਕੀਤੀ ਸੀ ਨਾ ਕਹਿੰਦਾ ਸਭ ਦਾ ਸਭ ਨੂੰ ਨਿਆਂ ਮਿਲੇਗਾ ਸਭ ਨੂੰ ਇਨਸਾਫ ਮਿਲੇਗਾ ਖਾਲਿਸਤਾਨ 'ਚ ਤੇ ਕੱਲ ਮੈਂ ਵੀਡੀਓ 'ਚ ਕਿਹਾ ਸੀ ਕਿ ਪਹਿਲੇ ਗੁਰੂ ਘਰ ਸੰਭਾਲੋ ਪਹਿਲੇ ਗੁਰੂ ਘਰ ਦਾ ਇਨਸਾਫ ਕਰ ਲੋ ਪਹਿਲੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਕਰ ਲੋ ਜਿੰਨਾ ਤੁਸੀਂ ਇੰਨੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਹਰੇ ਤੁਸੀਂ ਕਿਰਪਾਨਾਂ ਕੱਢ ਲੈਂਦੇ ਹੋ ਮੁੱਕੇ ਚੱਕਦੇ ਹੋ ਇੱਕ ਦੂਜੇ ਨੂੰ ਗੰਦੀਆਂ ਗਾਲਾਂ ਕੱਢਦੇ ਹੋ ਤੁਹਾਡਾ ਪਿਓ ਤੁਹਾਡੇ ਸਿਰ ਤੇ ਬੈਠਾ ਪਿਓ ਦੇ ਮੂਹਰੇ ਤੁਸੀਂ ਇੰਨਾ ਗੰਦ ਕਿਵੇਂ ਪਾ ਲੈਨੇ ਹੋ ਕਿਵੇਂ ਤੁਹਾਡੀ ਆਵਾਜ਼ ਤੁਹਾਡੇ ਪਿਓ ਦੇ ਸਾਹਮਣੇ ਇੰਨੀ ਹਾਈ ਇੰਨੀ ਰੇਜ਼ ਹੋ ਜਾਂਦੀ ਕਿੱਦਾਂ ਸੋ ਸਾਡੇ ਵਿੱਚ ਜੇ ਗੁਰੂ ਘਰ ਦੇ ਵਿੱਚ ਇੱਕ ਬੁੜਾ ਮੁੱਕੇ ਲੈ ਲੈ ਕੇ ਪਿਆ ਸੀ ਇੱਕ ਕਮੇਟੀ ਮੈਂਬਰ ਨੂੰ ਤੇ ਬੜਾ ਚੋੜਾ ਹੋ ਕੇ ਮਾਈਕ ਤੇ ਸਪੀਚ ਦੇ ਰਿਆ ਸੀ ਬੁੜਾ ਮੇਰੇ ਖਿਲਾਫ ਵੀ ਬੋਲ ਰਿਹਾ ਸੀ ਕਿ ਰੈਂਸੀ ਨੂੰ ਕੱਢੋ ਇੱਥੋਂ ਇਹਨੂੰ ਵੀ ਟ੍ਰੈਸਪਾਸਿੰਗ ਲਾਓ ਐਂ ਕਰੋ ਕਰੋ ਪਰ ਲੋਕਾਂ ਨੂੰ ਪਤਾ ਕਿ ਆਪਾਂ ਤਾਂ ਕੁਛ ਕੀਤਾ ਹੀ ਨਹੀਂ ਗਲਤ ਤੇ ਜਦੋਂ ਉਸ ਗਲਤ ਕੀਤਾ ਨਹੀਂ ਤੁਹਾਨੂੰ ਕੋਈ ਟ੍ਰੈਸਪਾਸਿੰਗ ਦੇ ਵੀ ਨਹੀਂ ਸਕਦਾ ਕਿੰਨੀ ਸ਼ਰਮ ਲਾਈਏ ਤੁਸੀਂ ਖਾਲਸਾਣ ਵਾਲਿਆਂ ਨੇ ਕਿੰਨੀ ਸ਼ਰਮ ਬਸ ਖਾਲਿਸਤਾਨ ਖਾਲਿਸਤਾਨ ਦੀ ਅੱਗ ਲੱਗੀ ਆ ਇੱਕ ਗੁੰਡਾ ਕਰਦੀ ਬਦਮਾਸ਼ੀ ਦਾ ਅੱਡਾ ਬਣਾ ਕੇ ਰੱਖਦਾ ਗੁਰਦੁਆਰੇ ਕਿਹੜਾ ਗੁਰਦੁਆਰਾ ਜਿੱਥੇ ਤੁਸੀਂ ਗੰਧ ਨਹੀਂ ਪਾਇਆ ਮੈਨੂੰ ਇੱਕ ਵੀ ਗੁਰਦੁਆਰਾ ਖਾਲਸਤਾਨੀਆਂ ਦਾ ਗੁਰਦੁਆਰਾ ਦਿਖਾ ਦਿਓ ਜਿੱਥੇ ਇਹਨਾਂ ਨੇ ਉਥੋਂ ਦੀ ਮਰਿਆਦਾ ਦਾ ਉਲੰਘਣ ਨਹੀਂ ਕੀਤੀ ਹੋਵੇ ਜਿੱਥੇ ਇਹਨਾਂ ਨੇ ਇੱਕ ਡਰਜ ਕੇ ਗੁੰਡਾਗਰਦੀ ਬਦਮਾਸ਼ੀ ਗੰਧ ਨਾ ਪਾਇਆ ਹੋਵੇ ਜਿੱਥੇ ਇਹਨਾਂ ਨੇ ਔਰਤਾਂ ਨਾਲ ਵੀ ਅਬਿਊਜ਼ ਲੈਂਗੁਏਜ ਨਾ ਯੂਜ਼ ਕੀਤੀ ਹੋਵੇ ਇੱਕ ਵੀ ਗੁਰੂ ਘਰ ਦਿਖਾ ਦਿਓ ਜਿੱਥੇ ਵੀ ਖਾਲਸਤਾਨ ਦਾ ਕੋਈ ਬੰਦਾ ਗੁਰੂ ਘਰ ਦੇ ਵਿੱਚ ਬੈਠਾ ਹੋਏਗਾ ਇਹ ਖੋਤੇਸਤਾਨੀ ਉੱਥੇ ਹੀ ਆਪਾਦਰ ਪਾਸ਼ਾ ਦਾ ਉਪਯੋਗ ਕਰ ਰਹੇ ਹੋਣਗੇ ਉਨਾ ਵੀਡੀਓ ਮੈਂ ਮਾਰੀ ਜਿ ਸਟਿਚ ਕੀਤੀ ਆ ਤੇ ਮੈਂ ਸੋਚ ਰਹੀ ਆ ਕਿ ਇਹਨੂੰ ਮੈਂ ਪੂਰਾ ਜੇ ਡਾਊਨਲੋਡ ਦਾ ਆਪਸ਼ਨ ਹੈ ਤਾਂ ਮੈਂ ਮੋਰਾ ਡਾਊਨਲੋਡ ਕਰਕੇ ਵੀ ਇੱਕ ਪਾਸੇ ਪਾ ਦੇਣੀ ਆ ਟਿਕਟੌਕ ਤੇ ਤਾਂ ਕਿ ਤੁਸੀਂ ਦੇਖ ਲਓ ਜਦੋਂ ਤੱਕ ਸਾਡੀ ਸਿੱਖ ਕੌਮ ਸਾਡੇ オリジナル ਸਿੱਖ ਨਹੀਂ ਜਾਗਣਗੇ ਜਿਹੜੇ ਗੁਰੂ ਮਹਾਰਾਜ ਨੂੰ ਬੀਠ ਸਾਹਿਬ ਨੂੰ ਪਿਆਰ ਕਰਦੇ ਆ ਉਦੋਂ ਤੱਕ ਗੁਰਦੁਆਰਿਆਂ ਵਿੱਚ ਇਹੋ ਕੁਝ ਚੱਲੇਗਾ ਇੱਕ ਚਾਰ ਬੰਦੇ ਰਲ ਕੇ ਢਾਂਗਣਾ ਗੁਰਦੁਆਰਾਂ ਨਹੀਂ ਚਲਾ ਸਕਦੇ ਸਾਰਾ ਚੱਕਰ ਗੁੱਲਕ ਦਾ ਮੈਂ ਪਹਿਲੇ ਕਿਹਾ ਸਾਰਾ ਚੱਕਰ ਮਾਇਆ ਦਾ ਜਦੋਂ ਤੱਕ ਗੁੱਲਕ ਚ ਪੈਸਾ ਪਾਉਣਾ ਬੰਦ ਨਹੀਂ ਹੁੰਦਾ ਇਹ ਸਾਰੀ ਮਨੀ ਇਨਟਰੈਕਟ ਸਿੱਧੀ ਔਨਲਾਈਨ ਹੋ ਜਾਈ ਕੱਲੇ ਕੱਲੇ ਪੈਸੇ ਦਾ ਸਾਥ ਸੰਗਤ ਨੂੰ ਦੇਣਾ ਚਾਹੀਦਾ ਪਰ ਗੁਰੂ ਘਰ ਅਸਤਾ ਸੰਗਤ ਨੂੰ ਕਹਿੰਦੇ ਆ ਸੰਗਤ ਨੂੰ ਅੰਦਰ ਦੀ ਗੱਲ ਪਤਾ ਨਹੀਂ ਲੱਗਣਾ ਚਾਹੀਦਾ ਉਹ ਪਰਪਲ ਸ਼ੈਂਪੂ ਵਾਲਾ ਲੈਚਿੰਗ ਵਾਲਾ ਬਾਬਾ ਕਹਿੰਦਾ ਸੰਗਤ ਕਿਉਂਕਿ ਮੈਂ ਵੀ ਸੰਗਤ ਚੋਂ ਆਇਆ ਅੰਦਰ ਦੀ ਗੱਲ ਦਾ ਕਿਉਂ ਨਹੀਂ ਪਤਾ ਲੱਗਣਾ ਚਾਹੀਦਾ ਉਹ ਪਰਪਲ ਸ਼ੈਂਪੂ ਵਾਲਾ ਬੁੜਿਆ ਉਰੇ ਬੜਬੜਕ ਤੇਰੇ ਪਿਓ ਦਾ ਗੁਰਦੁਆਰਾ ਜਾਂ ਤੂੰ ਇੱਥੇ ਪੈਸੇ ਦੇ ਕੇ ਬਣਾਇਆ ਸੀ ਡੋਨੇਟ ਕੀਤਾ ਸੀ ਸਾਰਾ ਕੁਝ ਸੰਗਤ ਦਾ ਪੂਰਾ ਹੱਕ ਆ ਕਿ ਗੁਰਦੁਆਰੇ ਵਿੱਚ ਕੀ ਚੋਰੀਆਂ ਹੋ ਰਹੀਆਂ ਕਿ ਕਪੜੇ ਹੋ ਰਹੇ ਕੀ ਗੰਦ ਪੈ ਰਿਆ ਸੰਗਤ ਦਾ ਪੂਰਾ ਹੱਕ ਐ ਇਸ ਚੀਜ਼ ਨੂੰ ਜਾਣਨ ਦਾ ਤੇਰੇ ਇਕੱਲੇ ਪਿਓ ਦਾ ਬੁੜੇ ਦਾ ਗੁਰਦੁਆਰਾ ਨਹੀਂ ਐ ਇਹ ਸੋ ਇਦਾਂ ਦੇ ਪਰਪਸ਼ੀਮਪੋਲੇ ਲੈਚੀਆਲੇ ਬਾਬੇ ਥਾਂ-ਥਾਂ ਗੁਰੂ ਘਰਾਂ 'ਚ ਕਬਜ਼ੇ ਕਰਕੇ ਬੈਠੇ ਹੋਏ ਆ ਜਿਨ੍ਹਾਂ ਨੇ ਦੇਖੋ ਪਹਿਲੇ ਜਿਹੜੇ ਸਟੂਡੈਂਟਸ ਨੂੰ ਬੜੇ ਸ਼ਰੀਫ ਜੇ ਸੀ ਪਰ ਜਿਹੜੇ ਹੁਣ ਆਏ ਆ ਨਾ ਇਹ ਟੱਲੀ ਵਜਾਉਣਗੇ ਪਰਪਲ ਸ਼ੈਂਪੂ ਲਈ ਇੱਕ ਦਿਨ ਤੇਰੀ ਯਾਦ ਰੱਖੀਂ ਟੰਗ 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 ਐਦਾਂ ਟੱਲੀ ਵਜੂ ਕੇ ਬਾਬੇ ਦਾ ਠੁੱਲੂ ਲੈ ਕੇ ਵੇਚੀਂ ਫੇਰ ਕਿਉਂਕਿ ਹੋਂਦੇ ਸਟੂਡੈਂਟਸ ਕਿਸੇ ਦੀ ਗੱਲ ਨਹੀਂ ਜਰਦੇ ਔਰ ਜਿਵੇਂ ਬਾਬਾ ਗੱਲ-ਗੱਲ ਤੇ ਲੋਕਾਂ ਦੀਆਂ ਬਾਹਾਂ ਫੜ ਲੈਂਦਾ ਸਟੂਡੈਂਟ ਦੀਆਂ ਦਾਲ ਸਬਜ਼ੀ ਤੇ ਝਾੜਦਾ ਅੱਖਾਂ ਕੱਢਦਾ ਫਲਾਨਿਆਂ ਤੂੰ ਓਨ ਵਾਲੀ ਟੌਪਿਕ ਕਿਉਂ ਲੈ ਕੇ ਆਇਆ ਗੁਰੂ ਘਰ ਕੱਪੜਾ ਕਿਉਂ ਨਹੀਂ ਬੰਨਿਆ ਚਲ ਤੂੰ ਆ ਪੈਂਟ ਕਿਉਂ ਪਾਈ ਤਾ ਇਹਨੂੰ ਬੜੀ ਆਗਿਆ ਬਾਬੇ ਨੂੰ ਪਹਿਲੀ ਗੱਲ ਆ ਵੀ ਸਿਰ ਟੱਕਿਆ ਹੋਣਾ ਚਾਹੀਦਾ ਗੁਰੂ ਘਰ ਵਿੱਚ ਫਮਾ ਚੁੰਨੀ ਨਾਲ ਉਹ ਮਾਰੂ ਮਾਲੇ ਨਾਲ ਟੱਕਿਆ ਪਾਵਾ ਕਿਸੇ ਬੱਚੇ ਨੇ ਉਨ ਦੀ ਟੋਪੀ ਪਾ ਕੇ ਟੱਕਿਆ ਟੱਕਿਆ ਤਾਂ ਹੈ ਨਾ ਬਾਬੇ ਠੀਕ ਆ ਤੂੰ ਆਪਣੀ ਗੱਲ ਕਰ ਵੀ ਤੂੰ ਸ਼੍ਰੀ ਸਾਹਿਬ ਪਾ ਕੇ ਕਿਹੜੇ ਕੁੱਤੇ ਕੰਮ ਕਰ ਰਿਹਾ ਤੂੰ ਆਪ ਸੋਚ ਸੁਬੰਦੀ ਹੈ ਸਾਰੇ ਸਟੂਡੈਂਟਸ ਤੋਂ ਜਿਹੜੇ ਵੀ ਗੁਰਦੁਆਰ ਦੇ ਵਿੱਚ ਲੱਗਦਾ ਸਟੂਡੈਂਟਸ ਨਾਲ ਟੱਕਾ ਹੋ ਰਿਹਾ ਸਟੂਡੈਂਟ ਯੂਨੀਅਨ ਜਿੰਦਾਬਾਦ ਸਟੂਡੈਂਟਸ ਪਾਵਰ ਇੱਕ ਆ ਬਹੁਤ ਜ਼ਰੂਰੀ ਆ ਉਥੇ ਖੜ ਕੇ ਵੀਡੀਓ ਬਣਾਓ ਵੀਡੀਓ ਬਣਾ ਕੇ ਨਾਲੇ ਨੇ ਚੰਗੀ ਲਾਪਾ ਕਰੋ ਤੇ ਨਾਲੇ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਪਾਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਜਿੰਨਾ ਤੁਸੀਂ ਗੁਰਦੁਆਰੇ ਦੇ ਅੰਦਰ ਪਸੂੜੀ ਦੀ ਵੀਡੀਓ ਬਣਾ ਕੇ ਪਾਉਂਗੇ ਲੋਕਾਂ ਨੂੰ ਤੁਸੀਂ ਸੰਗਤ ਨੂੰ ਜਗਾਉਂਗੇ ਉਹਨੇ ਸੰਗਤ ਸਾਡੀ ਜਾਗੂ ਕਿਉਂਕਿ ਸਾਡੀ ਅੱਧ ਤੋਂ ਜ਼ਿਆਦਾ オリジナル ਸਿੱਖ ਕੌਮ ਸੁੱਤੇ ਪਈ ਆ ਉਹ ਆਂਦੇ ਆ ਪ੍ਰਸ਼ਾਦਾ ਖਾਂਦੇ ਆ ਦਾਲ ਬਣੀ ਜੇ ਸਬਜ਼ੀ ਬਣੀ ਖੀਰ ਬਣੀ ਖਾਓ ਡੱਬੇ ਚ ਪਾਓ ਤੇ ਜਾਓ ਘਰ ਨੂੰ ਅਸੀਂ ਕੀ ਲੈਣਾ ਜਮੀਰ ਜਗਾ ਲੋ ਗੁਰਦੁਆਰੇ ਸੰਭਾਲ ਲੋ ਸਫਾਈਆਂ ਕਰ ਦੋ ਗੁਰਦੁਆਰਿਆਂ ਇਹ ਵੀ ਜਿੰਦੇ ਬੰਦਾ ਦੀਆਂ ਇਹ ਦੇਖੋ ਤੇ ਸਤਾਨੀਆਂ ਦੀਆਂ ਨਹੀਂ ਤਾਂ ਆਉਣ ਵਾਲਾ ਸਮਾਂ ਐਸਾ ਇੱਕ ਸਮਾਂ ਆਉਣਾ ਹੈ ਮਾਰਕ ਮਾਈ ਵਰਡਸ ਅੱਜ ਲਿਖ ਲਿਓ ਵੀਡੀਓ ਸੇਵ ਕਰ ਲਿਓ ਕਿ ਗੁਰੂ ਘਰ ਚ ਲੋਕਾਂ ਨੇ 1 ਡਾਲਰ ਪਾਣਾ ਬੰਦ ਕਰ ਦੇਣਾ ਜਿਹੜਿਆ ਚ ਉੱਥੇ ਲੰਗਰ ਪ੍ਰਸ਼ਾਦ ਦੇ ਬੱਚੇ ਜ਼ਿਆਦਾ ਖਾ ਰਿਹਾ ਮਿਲ ਨਹੀਂ ਨਹੀਂ ਉਹਨਾਂ ਨੇ ਕਿਹਾ ਜੀ ਪੈਸਾ ਹੀ ਨਹੀਂ ਆਇਆ ਤਾਂ ਸਮਾਨ ਕਿੱਥੋਂ ਲੈ ਕੇ ਆਈਏ ਫਿਰ 24 ਘੰਟੇ ਕਦੀ ਲੰਗਰ ਮਿਲਿਆ ਨਹੀਂ ਕਰਨਾ ਕਿ ਤੇ ਹਫਤੇ ਚ ਇੱਕ ਵਾਰੀ ਲੰਗਰ ਬਣਾਇ ਕਰੂਗਾ ਗੁਰੂ ਘਰ ਦੇ ਵਿੱਚ ਐਸਾ ਸਮਾਂ ਆ ਜਾਊਗਾ ਉਹਨੂੰ ਕੌਣ ਲੈ ਕੇ ਆਏਗਾ ਅਸੀਂ ਤੁਸੀਂ ਮੈਂ ਸਾਰੇ ਰਲ ਕੇ ਲਿਆਵਾਂਗੇ ਸਮੇਂ ਨੂੰ ਜੇ ਤੁਸੀਂ ਅੱਜ ਗੁਰਦੌਰੇ ਨਾਲ ਸੰਭਾਲੇ ਤਾਂ ਸਮਾਏਗਾ ਤੇ ਜਿਹੜੇ ਗੁਰੂ ਮਹਾਰਾਜ ਨੇ ਪ੍ਰਸ਼ਾਦੇ ਦੀ ਇੱਕ ਚਲਾਈ ਸੀ ਨਾ ਪ੍ਰਥਾ ਕਿ ਹਰ ਇੱਕ ਬੰਦਾ ਰੱਜ ਕੇ ਢਿੱਡ ਭਰ ਕੇ ਖਾਣਾ ਖਾ ਕੇ ਜਾਵੇ ਉਹ ਪ੍ਰਥਾ ਦਾ ਸਤਿਕਾਰ ਕਰੋ ਉਹ ਪ੍ਰਥਾ ਨੂੰ ਬਚਾ ਲਓ ਜੇ ਬਚਾ ਸਕਦੇ ਹੋ ਇਹ ਤਾਂ ਆਉਣ ਵਾਲਾ ਸਮਾਂ ਬਹੁਤ ਮਾੜਾ ਹੋਣਾ ਸਤਿ ਸ਼੍ਰੀ ਅਕਾਲ ਜੀ ਜੈ ਹਿੰਦ